ਇੱਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ ਪ੍ਰੋਗਰਾਮ ਸਾਡੇ ਪਿੰਡ ਰੱਬ ਵਸਦਾ ਦੇ ਵਿੱਚ ਅਸੀਂ ਹੈਗੇ ਜੀ ਪਿੰਡ ਕੋਟ ਖਾਲਸਾ ਜ਼ਿਲ੍ਹਾ ਨੂੰ ਪੈਂਦਾ ਜੀ ਅੰਮ੍ਰਿਤਸਰ ਹੁਣ ਅਸੀਂ ਚੱਲੇ ਜੀ ਰੂਪ ਮਹਿਲ ਜੋ ਕਿ ਮਹਾਰਾਣੀ ਰੂਪ ਕੌਰ ਜੀ ਦੇ ਇਨਸੈਸਟਰਸ ਦਾ ਘਰ ਹੈਗਾ ਉਹਨਾਂ ਨੂੰ ਮਿਲਦੇ ਹਾਂ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਮਹਾਰਾਣੀ ਰੂਪ ਕੌਰ ਸਰ ਜੈ ਸਿੰਘ ਘੋੜੇਵਾਈ ਹੈ ਜਿਨ੍ਹਾਂ ਨੂੰ ਇਹ ਪਿੰਡ ਕੋਟ ਖਾਲਸਾ ਮਿਲਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਚੰਗੇ ਬਹਾਦਰ ਸਮਝ ਕੇ ਉਹਨਾਂ ਨੂੰ ਅੰਮ੍ਰਿਤਸਰ ਦੀ ਰੱਖਿਆ ਕਰਨ ਵਾਸਤੇ ਛਾਉਣੀ ਬਣਾਉਣ ਵਾਸਤੇ ਪਿੰਡ ਦਿੱਤਾ ਪਹਿਲੋਂ ਇਹ ਪਿੰਡ ਜਿਹੜਾ ਸੀਗਾ ਇਹ ਮੁਸਲਮਾਨਾਂ ਦੇ ਕੋਲ ਸੀਗਾ ਉਹਨਾਂ ਨੇ ਵੀ ਕੋਟ ਖਾਲਸਾ ਉਹਨਾਂ ਨੇ ਕੋਟ ਸੈਯਦ ਮਹਿਮੂਦੇ ਦਾ ਨਾਂ ਸੀਗਾ ਤੇ ਇਹਦੇ ਆਲੇ ਦੁਆਲੇ ਕੱਚੀ ਖਾਈ ਸੀ ਬਾਰਿਸ਼ ਨਾਲ ਭਰ ਜਾਂਦੀ ਸੀ ਤੇ ਕੋਈ ਚੋਰ ਚਕਾਰ ਦੁਸ਼ਮਣ ਜਿਹੜੇ ਆਉਂਦੇ ਸੀ ਉਹਨਾਂ ਨੂੰ ਰੁਕਾਵਟ ਹੁੰਦੀ ਸੀਗੀ ਇਸ ਕਰਕੇ ਮਹਾਰਾਜ ਨੇ ਜਗ੍ਹਾ ਸਿਲੈਕਟ ਕਰਕੇ ਜਦੋਂ ਅੰਮ੍ਰਿਤਸਰ ਫਤਿਹ ਕੀਤਾ ਤੇ ਸਰ ਜੈ ਸਿੰਘ ਘੋੜੇਵਾਈ ਉਹਨਾਂ ਨੂੰ ਕਿ ਨਹੀਂ ਇਹ ਪਿੰਡ ਦੇ ਦਿੱਤਾ ਛਾਉਣੀ ਬਣਾਉਣ ਵਾਸਤੇ ਇਸ ਕਿਉਂਕਿ ਲਾਹੌਰ ਵਾਲੀ ਸਾਈਡ ਤੋਂ ਜ਼ਿਆਦਾ ਹਮਲੇ ਹੁੰਦੇ ਸੀਗੇ ਹਮੇਸ਼ਾ ਇਸ ਵਾਸਤੇ ਇੱਧਰ ਛਾਉਣੀ ਬਣਾਉਣ ਲਈ ਪਿੰਡ ਦੇ ਦਿੱਤਾ ਠੀਕ ਹੈ ਜੀ ਤੇ ਉਹਨਾਂ ਦੇ ਫਿਰ ਜਿਹੜੇ ਲੜਕੇ ਸੀਗੇ ਕੁਮਦਨ ਭੂਪ ਸਿੰਘ ਕੁਮਦਨ ਚੜ ਸਿੰਘ ਆਦਿ ਅੱਠ ਭਰਾ ਸੀ ਉਹਨਾਂ ਅੱਠਾਂ ਭਰਾਵਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਸ ਧਰਤੀ ਦੇ ਉੱਤੇ ਜਿੱਥੇ ਕਿ ਆਪਾਂ ਬੈਠੇ ਹੈਗੇ ਹਾਂ ਆਪਣੀ ਭੈਣ ਮਹਾਰਾਣੀ ਰੂਪ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀਤਾ ਅੱਛਾ ਸਰ ਤੁਸੀਂ ਥੋੜੀ ਜਿਹੀ ਗੱਲ ਦੇ ਵਿੱਚ ਕੀਤੀ ਕੋਟ ਖਾਲਸਾ ਦੀ ਤੁਹਾਨੂੰ ਇਹ ਵੀ ਨੌਲੇਜ ਹੈਗੀ ਹੈ ਵੀ ਪਿੰਡ ਦਾ ਨਾਮ ਕਿੱਦਾਂ ਪਿਆ ਕੋਟ ਖਾਲਸਾ ਮੇਰੇ ਫਾਦਰ ਸਰਦਾਰ ਬਾਦਲ ਅਜਾਇਬ ਸਿੰਘ ਸਰਕਾਰੀ ਹੈ ਪੀਸੀਐਸ ਅਫਸਰ ਸੀਗੇ ਉਹਨਾਂ ਨੂੰ ਸਾਨੂੰ ਸਾਡੇ ਰਿਸ਼ਤੇਦਾਰ ਮਖੌਲ ਕਰਦੇ ਹੁੰਦੇ ਸੀਗੇ ਵੀ ਇਹ ਮੁਸਲਮਾਨ ਹੋਣੇ ਇਹਨਾਂ ਦੇ ਵੱਡੇ ਉਹਨਾਂ ਨੇ ਇਸ ਕਰਕੇ ਇਸ ਪਿੰਡ ਦਾ ਨਾਂ ਜਿਹੜਾ ਸੀਗਾ ਨਾ ਖਾਲਸਾ ਕਾਲਜ ਨੂੰ ਤੇ ਕੋਟ ਨੂੰ ਰਲਾ ਕੇ ਕਿਉਂਕਿ ਖਾਲਸਾ ਕਾਲਜ ਵਾਸਤੇ 365 ਏਕੜ ਜ਼ਮੀਨ ਅਸੀਂ ਦਿੱਤੀ ਹੈ ਫ੍ਰੀ ਕੋਟ ਖਾਲਸਾ ਪਿੰਡ ਨੇ ਕੱਲੇ ਸਰਕਾਰੀ ਨੀ ਸਾਰੇ ਪਿੰਡ ਨੇ ਰਲ ਕੇ ਦਿੱਤੀ ਸੀਗੀ ਪਰ ਉਹ ਸਾਰੀ ਜਿਹੜੀ ਦੇਣ ਸੀਗੀ ਨਾ ਉਹ ਕੁਮਦਨ ਰਾਜਾ ਖੁਸ਼ਹਾਲ ਸਿੰਘ ਸੀ ਇਹਨਾਂ ਨੇ ਇਹਨਾਂ ਨੇ ਸਾਰਾ ਐਨ ਬਲਾਕ ਦੇ ਦਿੱਤੀ ਦੋ ਸੜਕਾਂ ਦੇ ਵਿੱਚ ਇੱਕ ਸੜਕ ਰਾਮ ਤੀਰਥ ਰੋਡ ਤੇ ਜਾਂਦੀ ਹੈਗੀ ਆ ਇੱਕ GT ਰੋਡ ਆ ਇਹਦੇ ਵਿੱਚ ਜਿੰਨੀ ਜ਼ਮੀਨ ਸੀ ਨਾ ਉਹਨਾਂ ਨੇ ਦੇ ਦਿੱਤੀ ਇਸ ਵਾਸਤੇ ਉਹਨਾਂ ਸਾਨੂੰ ਫੀਸ ਮਾਫ਼ ਕਰ ਦਿੱਤੀ ਕੰਸੈਸ਼ਨ ਤੇ ਬਹੁਤ ਪਹਿਲਾਂ ਮਿਲਦੇ ਸੀ ਕਿਤਾਬਾਂ ਵੀ ਦਿੰਦੇ ਸੀਗੇ ਦਵਾਈਆਂ ਦਵਾਈਆਂ ਵੀ ਦਿੰਦੇ ਸੀ ਪਰ ਘੱਟਦੇ ਘੱਟਦੇ ਫਿਰ ਹੁਣ ਇਹ ਅਲਟੀਮੇਟਲੀ ਇੰਨੀ ਰਹਿ ਗਈ ਹੈ ਸਿਰਫ ਕਿ ਫੀਸ ਮਾਫ਼ ਕਰਦੇ ਸੀ ਮਤਲਬ ਜਿਹੜੇ ਇੱਥੋਂ ਦੇ ਸਟੂਡੈਂਟਸ ਹੁੰਦੇ ਨੇ ਮੁੰਡੇ ਕੁੜੀਆਂ ਹੁੰਦੇ ਨੇ ਕੋਟ ਖਾਲਸਾ ਦੇ ਓਰਿਜਨਲ ਜਿਹੜੇ ਸੀਗੇ ਰਹਿਣ ਵਾਲੇ ਲੋਕ ਰੈਜੀਡੈਂਟ ਜਿਹੜੇ ਸੀਗੇ 1892 ਦੇ ਵਿੱਚ ਜ਼ਮੀਨ ਜਿਹੜੀ ਦਿੱਤੀ ਹੈ ਮਹਾਰਾਣੀ ਰੂਪ ਕੌਰ ਜੀ ਸਿਸਟਰੀ ਵਿੱਚ ਹਲੇ ਵੀ ਇੱਥੇ ਹੈਗੇ ਔਰ ਆਪਣੇ ਪਿੰਡ ਦੇ ਵਿੱਚ ਸਾਰੀਆਂ ਚੀਜ਼ਾਂ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਇਹ ਰਕਾਬਾਂ ਹੈਗੀਆਂ ਨੇ ਹੋਈਆਂ ਤਸਵੀਰਾਂ ਇਹ ਖਜ਼ਾਨੇ ਦੀ ਖਿੜਕੀ ਹੈ ਔਰ ਕਮਾਲ ਦੀ ਗੱਲ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਪਿੰਡ ਦੇ ਵਿੱਚ ਘੁੰਮਦੇ ਫਿਰਦੇ ਅਸੀਂ ਪਹੁੰਚ ਕੇ ਜੀ ਸਰਦਾਰ ਗੁਰਮੇਜ ਸਿੰਘ ਉਹਨਾਂ ਦੇ ਘਰੇ ਹੁਣ ਇਹ ਪਿੰਡ ਦੇ ਵਸਨੀਕ ਨੇ ਇਹਨਾਂ ਨਾਲ ਗੱਲਾਂ ਬਾਤਾਂ ਮਾਰਦੇ ਹਾਂ ਆਓ ਫਿਰ ਚੱਲੀਏ ਕੋਈ ਦਿਖ ਨਹੀਂ ਰਿਹਾ ਪਰ ਪਿੰਡਾਂ ਦੇ ਸਾਰੇ ਘਰ ਆਪਣੇ ਹੁੰਦੇ ਅੰਦਰ ਹੀ ਚੱਲਦੇ ਆ ਠੀਕ ਠਾਕ ਮੈਨੂੰ ਇਹ ਦੱਸੋ ਵੀ ਤੁਸੀਂ ਕੋਟ ਖਾਲਸਾ ਪਿੰਡ ਚ ਕਰੋ ਤੋਂ ਰਹਿ ਰਹੇ ਹੋ ਹਾਂਜੀ 1800 ਕੋਸ ਤੋਂ ਪਹਿਲਾਂ ਤੇ ਰਹਿ ਰਹੇ ਇੱਥੇ ਜੀ ਮਤਲਬ ਆਪਣਾ ਪਛਤਾਣੀ ਇੱਥੋਂ ਦਾ ਹੀ ਹੈ ਹਾਂਜੀ ਹਾਂਜੀ ਮਤਲਬ ਜੱਦੀ ਸੀਗਾ ਆਪਣਾ ਜੀ ਹਾਂ ਨਹੀਂ ਅਸੀਂ ਮਤਲਬ ਕਿ ਆਏ ਤੇ ਬਾਹਰੋਂ ਪਾਕਿਸਤਾਨ ਚ ਅੱਛਾ 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 ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਥੇ ਫਿਰ ਆਣ ਕੇ ਝਾਲੀਆ ਪਰਿਵਾਰ ਵਜਦਾ ਸਾਡਾ ਸਾਰਾ ਤੇ ਮੇਰੀ ਬੜੀ ਚਿਰ ਦੀ ਇੱਛਾ ਸੀ ਕਿ ਜਿਵੇਂ ਦੂਸਰੇ ਪਿੰਡ ਟੈਲੀਵਿਜ਼ਨ ਦੇ ਵਿੱਚ ਸਾਰੇ ਆਉਂਦੇ ਨੇ ਤੇ ਮੇਰੇ ਪਿੰਡ ਦੀ ਵੀ ਕਾਫੀ ਦੇਣ ਆ
ਮੇਰੇ ਪਿੰਡ ਦਾ ਨਾਂ ਜਿਹੜਾ ਵਾ ਉਹ ਇੱਕ ਉਭਰੇ ਤੇ ਜਾਗਰਤੀ ਆਵੇ। ਸਾਡੇ ਪਿੰਡ ਦੇ ਵਿੱਚ ਕੁਛ ਕੰਮ ਹੋਣ ਵਾਲੇ ਨੇ ਜਿਹੜੇ ਮਤਲਬ ਕਿ ਰੁਕੇ ਹੋਏ ਨੇ, ਇੱਕ ਪੇਂਡੂ ਹੀ ਤਬਕਾ ਆ ਸਾਡਾ ਤੇ ਸਾਨੂੰ ਕੋਈ ਜਿਵੇਂ ਵੈਲ ਐਜੂਕੇਟਡ ਵੀ ਇੱਥੇ ਬੱਚੇ ਕਾਫੀ ਨਿਕਲੇ ਨੇ ਕੋਈ ਪੜ੍ਹਾਈ ਤੌਰ ਤੇ। ਮੈਂ ਖੁਦ ਨੈਸ਼ਨਲ ਐਥਲੀਟ ਰਿਹਾ ਮੈਂ ਖਾਲਸਾ ਕਾਲਜ ਤੋਂ ਤੇ ਬਾਕੀ ਵਾਹਿਗੁਰੂ ਦੀ ਕਿਰਪਾ। ਮੈਂ ਤੇ ਹੋਰ ਚਾਹੁੰਦਾ ਵਾ ਕਿ ਮੇਰੇ ਪਿੰਡ ਦੇ ਵਿੱਚ ਤਰੱਕੀਆਂ ਹੋਰ ਹੋਣ ਤੇ ਹੋਰ ਕੋਈ ਵੀਰ ਉੱਭਰਨ। ਠੀਕ ਹੈ ਜੀ, ਇੱਕ ਗੱਲ ਮੈਂ ਜ਼ਰੂਰ ਦੱਸ ਦਿਆਂ ਸਾਰਿਆਂ ਨੂੰ, ਇੱਕ ਗੱਲ ਮੈਂ ਦੱਸਣੀ ਚਾਹੁੰਦਾ ਵੀ ਸਾਨੂੰ ਸੱਦਾ ਇਹਨਾਂ ਨੇ ਭੇਜਿਆ ਸੀਗਾ ਕਿ ਸਾਡੇ ਪਿੰਡ ਆਓ ਤੇ ਇੱਥੇ ਆ ਕੇ ਫਿਰ ਅਸੀਂ ਦੇਖਿਆ ਵੀ ਹੈ ਤੇ ਆਲਮੋਸਟ ਅੰਮ੍ਰਿਤਸਰ ਦੇ ਵਿੱਚ ਹੀ ਰਲ ਗਿਆ ਆਪਣਾ ਪਿੰਡਾਂ ਵਰਗਾ ਪਿੰਡੀ ਹੈ। ਤੁਸੀਂ ਸਰ ਸਪੋਰਟਸ ਦੀ ਗੱਲ ਕੀਤੀ, ਕਿਹੜੀ ਖੇਡ ਖੇਡਦੇ ਜੀ ਤੁਸੀਂ? ਮੈਂ ਡਿਕੈਥਲਨ ਇਵੈਂਟ ਕਰਦਾ ਰਿਹਾ ਖੇਡੀ ਫੁੱਟਬਾਲ ਡਿਕੈਥਲਨ ਇਹੀ ਅਥਲੈਟਿਕ ਦਾ ਹੁੰਦਾ। ਅੱਛਾ, ਉਹ ਟੈਨਿਮੈਂਟ ਹੁੰਦੇ ਨੇ ਉਹਦੇ ਵਿੱਚ, ਸਮਝ ਗਿਆ ਸਰ ਮੈਂ, ਉਹ ਚ ਡਿਕੈਥਲਨ। ਹਾਂਜੀ, ਉਹ ਚ 100 ਮੀਟਰ ਹੁੰਦੀ ਆ, 400 ਮੀਟਰ ਹੁੰਦੀ ਹੈ, ਪੋਲ ਜੰਪ ਵੀ ਹੋਣਾ, ਲੌਂਗ ਜੰਪ, ਪੋਲ ਵਾਲਟ, ਹਾਈ ਜੰਪ, ਫਿਰ ਹਰਡਲ 1500 ਮੀਟਰ, ਇਹ ਸਾਰੀਆਂ ਇਹਦੇ ਵਿੱਚ ਆਉਂਦੀਆਂ। ਡਿਸਕਸ ਥਰੋ, ਜੈਵਲਨ ਥਰੋ, ਫਿਰ ਗੋਲਾ ਜੰਪ। ਹਾਂਜੀ, ਇਹ ਸਾਰੇ ਵਾਹਿਗੁਰੂ ਦੀ ਕਿਰਪਾ ਸੀ ਕਿ ਆਪਾਂ ਨੈਸ਼ਨਲ ਖੇਡੇ ਹਾਂ ਇਹਦੇ ਵਿੱਚ। ਮਹਿਲ ਸਿੰਘ ਭੱਲਰ ਸਾਹਿਬ ਨੇ ਆਪਾਂ ਨੂੰ ਉਦੋਂ C2 ਪ੍ਰਮੋਟ ਕੀਤਾ ਵੀ ਸੀ, ਫਿਰ ਥੋੜੇ ਜਿਹੇ ਮਾਹੌਲ ਖਰਾਬ ਹੋਣ ਕਾਰਨ ਪਰਿਵਾਰ ਨੇ ਨਹੀਂ ਜਾਣ ਦਿੱਤਾ। ਸਹੀ ਹੈ ਸਰ, ਹਾਂਜੀ, ਉਦੋਂ ਮਾਹੌਲ ਹੀ ਇਹੋ ਜਿਹਾ ਸੀ ਪਿੰਡਾਂ ਦਾ। ਤੇ ਮੈਂ ਹੁਣ ਚਾਹੁੰਦਾ ਵਾ ਕਿ ਮੇਰੇ ਵੀਰ ਥੱਕੇ ਟੁੱਟੇ ਹੋਣੇ ਆ ਤੇ ਹੁਣ ਆਪਾਂ ਪ੍ਰਸ਼ਾਦਾ ਵੀ ਵੀਰ ਨੇ ਖਾ ਕੇ ਲਈਏ, ਸਾਰੇ ਬਹੁਤ ਸੋਹਣੇ ਹੋ ਗਏ। ਆਓ ਬਾਬੂ ਜੀ, ਹਾਂਜੀ, ਸਗੋਂ ਪੇਂਡੂ ਖਾਣਾ। ਹਾਂਜੀ, ਹੋ ਗਈ ਜਾਰੀ ਰਹੂਗਾ ਜੀ। ਹੁਣ ਮੈਂ ਤੁਹਾਨੂੰ ਮਿਲੂੰਗਾ ਬ੍ਰੇਕ ਤੋਂ ਬਾਅਦ।